कुछ मत चलता। हाँ जी बिल्कुल जी, इस महीने ज्यादा खराब करता था। हाँ जी, तुसी हुण ना आंदे आ पटवारी ते गिरदावरियां तुसी आप नाल होके करवा लो जी। ठीक है, ठीक है जी। दूसरा जरूर सारे पिंड पद्धर ते इकट्ठे होके थोड़ा बहुत अपने एनआरआईज नू और जेडे तकड़े बंदे जिम्मेदार ने भी जो बहुता नहीं तो अद्धा अद्धा ठेका ही छड्ड देण जिम्मे काश्तकार नू और गिरदावरियां काश्तकार ते नाते ठेके नू भी मैडम जी की करांगे, ठेका अगले पहला ले जांदे आ जी अगली फसल दे विच कोई ना कोई। हां जी हां जी हां जी हां जी पाजी आ गए असीं, बस आप कुड़ियां आ गए ते मोड़ते आ असीं वल आना नाल ही उहनां दे आ गए पाजी आ गए। मुआवजे जेडे ओह मिल जान ताकि अगली फसल की तैयारी करिये। हां जी, फसल दा ही माड़ा मोटा होना होर आपां हां जी घाटा तां पूरा नहीं कर सकदे। बिलकुल मैडम जी, चुक मोटे देखो जो धुप लगी ना किसी धुप लगी बकरियां बन गई ज्यादा हो सारे कर के मशीन माड़ी लगी सारे बच पे जाने हले घटो घट जी 20 अप्रैल तो पहला जी अज दिन लगते 22 तारीख तो पहला तो वैसे ही मशीन नहीं बननी जाते खत्म हो जाने तूड़ी निकल ਅੱਜ ਮੈਡਮ ਅੱਜ ਤੁਸੀਂ ਪਿੰਡਾਂ 'ਚ ਜਾਇਜ਼ਾ ਲੈਣ ਪਹੁੰਚੇ ਆ, ਕੀ ਕਹਿ ਰਹੇ? ਪਿੰਡਾਂ ਦੇ ਵਿੱਚ ਹਾਲਾਤ ਬਹੁਤ ਖਰਾਬ ਨੇ, ਤਕਰੀਬਨ 75% ਤੋਂ ਉੱਪਰ ਉੱਪਰ ਸਾਰੀਆਂ ਫਸਲਾਂ ਜਿਹੜੀਆਂ ਉਹ ਖਤਮ ਹੋ ਚੁੱਕੀਆਂ ਔਰ ਜਿਹੜੇ ਪਹਿਲੀ ਬਾਰਿਸ਼ ਦੇ ਨਾਲ ਕਣਕਾਂ ਡਿੱਗੀਆਂ ਸੀ ਜੀ, ਕੋਈ ਥੋੜ੍ਹੇ ਬਹੁਤੇ ਚਾਂਸ ਸੀਗੇ ਸੀ ਕਿ 50% ਫਸਲ ਜਿਹੜੀ ਉਹ ਬਚ ਜਾਂਦੀ, ਪਰ ਜਿਹੜੇ 2-3 ਦਿਨ ਦਾ ਬਾਰਿਸ਼ ਹੋਈ ਇਹਦੇ ਨਾਲ ਬਿਲਕੁਲ ਪਾਣੀ ਕਣਕਾਂ ਦੇ ਵਿੱਚ ਖੜਾ ਆ ਔਰ ਜਿਹੜੇ ਛਿੱਟੇ ਆ ਨਾ ਉਹ ਉਂਗਰਨੇ ਸ਼ੁਰੂ ਹੋ ਗਏ ਦੁਬਾਰਾ ਜੀ, ਪਰ ਦੁਬਾਰਾ ਤੋਂ ਜਾਂ ਕਾਲੇ ਪੈ ਗਏ ਆ ਜਾਂ ਉਂਗਰਨੇ ਸ਼ੁਰੂ ਹੋ ਗਏ ਆ ਔਰ ਇੱਕ ਕਿਸਮ ਦਾ 80% ਤੱਕ ਫਸਲਾਂ ਜਿਹੜੀਆਂ ਉਹ ਖਤਮ ਹੋ ਗਈਆਂ ਜੀ। ਠੀਕ ਹੈ ਤੇ ਮੈਡਮ, ਜਿਹੜਾ ਪਿੰਡਾਂ ਵਾਲਿਆਂ ਦਾ ਸੜਕਾਂ ਸੁੜਕਾਂ ਦਾ ਗਲੀਆਂ ਦਾ ਰੌਲਾ ਪੈ ਰਿਹਾ ਆ, ਉਹਨਾਂ ਦਾ ਕੰਮ ਕਿੰਨੀ ਜਲਦੀ ਹੋ ਜਾਏਗਾ? ਨਹੀਂ ਕੋਈ ਰੌਲਾ ਨਹੀਂ ਹੈ, ਉਹ ਪ੍ਰਪੋਜ਼ਲਾਂ ਬਣ ਰਹੀਆਂ ਔਰ ਸਰਪੰਚ ਸਾਹਿਬ ਕਹਿੰਦੇ ਕਿ ਉਹਨਾਂ ਨੇ ਜੇਈ ਨੂੰ ਦਿੱਤਾ ਹੋਇਆ ਪ੍ਰਪੋਜ਼ਲ ਬਣ ਗਈ ਹੋਈ ਐਸਟੀਮੇਟ ਲੱਗ ਕੇ ਤੇ ਗਲੀ ਜਿਹੜੀ ਸਟਾਰਟ ਹੋ ਜੀ। ਹੁਣ ਤੱਕ ਮੈਡਮ ਕਿੰਨੇ ਪਿੰਡ ਘੁੰਮ ਰਹੇ ਆ ਤੁਸੀਂ ਜਾਂ ਕਿੰਨੇ? ਜਿੱਦਾਂ ਤਕਰੀਬਨ ਮੈਂ 6-7 ਘੁੰਮਦੇ ਹੋਏ, ਵੈਸੇ ਮੈਂ 15-20 ਪਿੰਡ ਪਹਿਲਾਂ ਵੀ ਕੱਟ ਚੁੱਕੀ ਹਾਂ, ਅੱਜ ਵੀ ਮੇਰਾ ਸ਼ਾਮ ਤੱਕ ਮੈਂ ਇੱਧਰ ਤਲਵਣ ਵਿਲਕਾ ਵਾਲੀ ਸਾਈਡ ਦੇ ਉੱਤੇ ਹੀ ਸਾਰਾ ਦਿਨ ਇਸੇ ਕੰਮ ਠੀਕ ਹੈ। ਥੈਂਕ ਯੂ।